ਆਪਣੀ ਜਿਹੜੀ ਡੈਥਸ ਹੋ ਰਹੀਆਂ ਨੇ ਦੈਰ ਇਜ਼ ਅ ਰੀਜ਼ਨ ਫੋਰ ਇਟ ਉਹ ਕਾਰਨ ਇਹ ਹੈ ਕਿ ਸਾਡੇ ਲੋਕ ਆਰ ਕਮਿੰਗ ਫੋਰ ਟ੍ਰੀਟਮੈਂਟ ਟੂ ਲੇਟ ਸਾਡਾ ਲੈਵਲ 1 ਹੁੰਦਾ ਹੈ ਲੈਵਲ 2 ਹੁੰਦਾ ਹੈ ਲੈਵਲ 3 ਹੁੰਦਾ ਹੈ ਲੈਵਲ 1 'ਚ ਅਗਰ ਕੋਈ ਆ ਜਾਵੇ ਦੈਰ ਇਜ਼ ਵਰਚੁਅਲੀ 100% ਕਿਓਰ ਦੈਰ ਇਜ਼ ਨੋ ਨੋ ਬਡੀ ਨੋ ਪ੍ਰੋਬਲਮ ਹੁੰਦਾ ਹੈ ਜਿਹੜੇ ਮਤਲਬ ਕਿ ਪਹਿਲੇ ਹਫ਼ਤੇ ਦੇ ਵਿੱਚ ਜਦ ਕਿਸੇ ਨੂੰ ਸਿਮਟਮਸ ਆਉਣ ਕੋਈ ਸਿਰ ਦਰਦ ਹੋਵੇ ਬਦਨ ਦਰਦ ਹੋਵੇ ਬੁਖਾਰ ਹੋਵੇ ਵਟ ਐਵਰ ਸਟਮਕ ਇਜ਼ ਆਊਟ ਔਰ ਸਮਥਿੰਗ ਉਹਨੂੰ ਯੂ ਗੈਟ ਇਮੀਡੀਏਟ ਟ੍ਰੀਟਮੈਂਟ ਸ਼ੁਰੂ ਹੋ ਜਾਵੇ 100% ਰਿਕਵਰੀ ਅਬ ਤੁਸੀਂ ਸੁਣਿਆ ਸੰਜੇ ਤਲਵਾਰ ਜੀ ਦੱਸ ਰਹੇ ਨੇ ਤੁਹਾਨੂੰ ਦੈਨ ਅਮਰੀਕ ਜੀ ਦੱਸ ਰਹੇ ਨੇ ਸਾਰਿਆਂ ਨੇ ਅੱਜ ਦੱਸਿਆ ਆਪਣੇ ਆਪਣੇ ਉਹਨਾਂ ਦੇ ਜਿਹੜੇ ਸਿਮਟਮਸ ਹੋਏ ਨੇ ਔਰ ਤੁਹਾਡੇ ਤੋਂ ਪਹਿਲਾਂ ਡਾਕਟਰ ਰਾਜ ਬਹਾਦਰ ਜੋ ਸਾਡੇ ਵਾਈਸ ਚਾਂਸਲਰ ਸੀ ਫਰੋਮ ਇਜ਼ ਆ ਵਾਈਸ ਚਾਂਸਲਰ ਫਰੋਮ ਦੀ ਮੈਡੀਕਲ ਯੂਨੀਵਰਸਿਟੀ ਉਹ ਵੀ ਉਹਨਾਂ ਨੂੰ ਵੀ ਕਰੋਨਾ ਹੋ ਕੇ ਹਟਿਆ ਉਹਨਾਂ ਨੇ ਦੱਸਿਆ ਔਲ ਇਜ਼ ਦਿਸ ਇਜ਼ ਦ ਕੇਸ ਜਦੋਂ ਤੁਸੀਂ ਚਲੇ ਜਾਂਦੇ ਹੋ ਲੈਵਲ 2-3 ਦੈਨ ਇਟ ਬਿਕਮਸ ਨੋਟ ਵੈਰੀ ਡਿਫੀਕਲਟ ਲੈਵਲ 3 ਇਜ਼ ਬਿਕਮ ਵਰਚੁਅਲੀ ਇੰਪੋਸੀਬਲ ਦੈਨ ਯੂ ਹੈਵ ਟੂ ਗੋ ਇਨ ਟੂ ਟਰਸ਼ਰੀ ਕੇਅਰ ਯੂ ਹੈਵ ਟੂ ਗੋ ਇਨ ਟੂ ਦਿਸ ਆਕਸੀਜਨ ਸਿਸਟਮ ਔਰ ਦੀ ਅਦਰ ਵਨ ਵਿੱਚ ਵੈਂਟੀਲੇਟਰ ਐਂਡ ਆਲ ਐਂਡ ਦੈਨ ਇਟ ਬਿਕਮ ਵੈਰੀ ਡਿਫੀਕਲਟ ਦਿਸ ਇਜ਼ ਨੋਟ ਇਹ ਸਿਰਫ ਪੰਜਾਬ ਦੀ ਇੱਥੋਂ ਨਹੀਂ ਪਤਾ ਸਾਨੂੰ ਲੱਗ ਰਿਹਾ ਸਾਡੇ ਆਪਣੀ ਐਕਸਪੀਰੀਅੰਸ ਤੋਂ ਦਿਸ ਇਜ਼ ਦ ਨੈਸ਼ਨਲ ਐਕਸਪੀਰੀਅੰਸ ਦਿਸ ਇਜ਼ ਦ ਇੰਟਰਨੈਸ਼ਨਲ ਐਕਸਪੀਰੀਅੰਸ ਸੋ ਇਹਦੇ ਵਾਸਤੇ ਮੇਰੀ ਇੱਕ ਸੁਜੈਸ਼ਨ ਹੈ ਤੁਹਾਨੂੰ ਕਿ ਤੁਸੀਂ ਆਪਣੇ ਬੰਦਿਆਂ ਨੂੰ ਜ਼ਰੂਰ ਕਹੋ ਕਿ ਜੈਸੇ ਤੁਹਾਨੂੰ ਪਤਾ ਲੱਗੇ ਕਿ ਕੁਛ ਮੇਰੇ 'ਚ ਨੁਕਸ ਹੈ ਆਈ ਐਮ ਨੋਟ ਨੋਰਮਲ ਉਹ ਤੁਸੀਂ ਆਪਣੇ ਡਾਕਟਰ ਕੋਲ ਜਾਓ ਡਾਕਟਰ ਨੂੰ ਫੈਸਲਾ ਕਰਨ ਦਿਓ ਕਿ ਕੀ ਟ੍ਰੀਟਮੈਂਟ ਤੁਹਾਡੀ ਕਰਨੀ ਹੈ ਔਰ ਅਗਰ ਤੁਸੀਂ ਮੇਰੀ ਗੱਲ ਮੰਨੋ ਅਗਰ ਟ੍ਰੀਟਮੈਂਟ ਸ਼ੁਰੂ ਕਰੋਗੇ ਇੱਕਦਮ 2-4 ਦਿਨ 'ਚ ਹੀ ਤੁਸੀਂ ਯੂ ਵੁੱਡ ਬੀ ਕਿਓਰਡ ਐਂਡ ਆਊਟ ਇੱਕ ਲੜਕੀ ਆਈ ਸੀ ਸ਼ੀ ਪੋਸਟਡ ਦੀ ਅਦਰ ਡੇ ਟੂ ਸੇ ਕਿ ਮੈਨੂੰ ਟੈਲੀਫੋਨ ਆਇਆ ਸੀ ਉਹ ਇਜ਼ ਅ ਜਰਨਲਿਸਟ ਸ਼ੀ ਗੋਟ ਅ ਪੋਸਟ ਟੂ ਸੇ ਕਿ ਅਸੀਂ ਤੁਹਾਨੂੰ$100 ਦੇਣ ਨੂੰ ਤਿਆਰ ਹੈ ਤੁਸੀਂ ਇੱਕ ਨੈਗੇਟਿਵ ਪੋਸਟ ਕਰੋ ਹੁਣ ਇਹ ਪੁਆਇੰਟਸ ਇਹ ਦ ਪੁਲਿਸ ਇਜ਼ ਵਰਕਿੰਗ ਫੁੱਲੀ ਵੀ ਆਰ ਰਜਿਸਟਰਿੰਗ ਕੇਸਿਸ ਅਸੀਂ ਅਰੈਸਟ ਕਰ ਰਹੇ ਹਾਂ ਅਸੀਂ ਇਹਦਾ ਬੈਕਬੋਨ ਤੋੜਾਂਗੇ ਅਸੀਂ ਇਹਨੂੰ ਇਹੋ ਜਿਹਾ ਕੰਮ ਜਿਹੜਾ ਐਂਟੀ ਸਟੇਟ ਹੋਵੇ ਐਂਟੀ ਨੈਸ਼ਨਲ ਹੋਵੇ ਐਂਟੀ ਪੰਜਾਬ ਹੋਵੇ ਔਰ ਐਂਟੀ ਪੰਜਾਬੀਆਂ ਦਾ ਹੋਵੇ ਜਿਹੜੇ ਪੰਜਾਬੀਆਂ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹ ਅਸੀਂ ਉਹਨਾਂ ਨੂੰ ਮੈਂ ਬਿਲਕੁਲ ਛੱਡਣਾ ਨਹੀਂ ਵੀ ਆਰ ਗਿਵਿੰਗ ਐਵਰੀ ਵਨ ਹੋਮ ਆਈਸੋਲੇਸ਼ਨ ਜਿੱਥੇ ਤਾਂ ਹੀ ਕੋਈ ਵਾਰੀ ਸੀਰੀਅਸ ਕੇਸ ਨਹੀਂ ਹੋਣ ਦੇ ਕੈਨ ਗੋ ਦੇਅਰ ਐਂਡ ਵੀ ਵਿਲ ਮੋਨੀਟਰ ਦਮ ਵੀ ਵਿਲ ਡੂ ਐਵਰੀਥਿੰਗ ਯੂ ਵਾਂਟ ਟੂ ਗੋ ਦੇਅਰ ਨੋ ਪ੍ਰੋਬਲਮ ਐਟ ਆਲ ਸਿਰਫ ਪ੍ਰੋਬਲਮ ਇਹ ਹੁੰਦੀ ਹੈ ਕਿ ਵੈਨ ਯੂ ਕਮ ਟੂ ਯੋਰ ਸਟੇਜ 2 ਜਦ ਤੁਸੀਂ ਡਾਕਟਰ ਕੋਲ ਜਾਂਦੇ ਹੋ ਐਟ ਸਟੇਜ 2 ਜਾਂ ਸਟੇਜ 3 ਐਂਡ ਯੂ ਰਿਕੁਆਇਰ ਆਕਸੀਜਨ ਔਰ ਯੂ ਰਿਕੁਆਇਰ ਵੈਂਟੀਲੇਟਰ ਦੈਨ ਯੂ ਕੈਨੋਟ ਬੀ ਗਿਵਨ ਇਟ ਐਟ ਹੋਮ ਹੋਮ ਕੌਣ ਜਾ ਕੇ ਤੁਹਾਨੂੰ ਇੱਥੇ ਆਕਸੀਜਨ ਦਊਗਾ ਜਾਂ ਤੁਹਾਨੂੰ ਵੈਂਟੀਲੇਟਰ ਲੈ ਕੇ ਜਾਊਗਾ ਉਸ ਸਟੇਜ ਵਿੱਚ ਤੁਹਾਨੂੰ ਉੱਥੇ ਜਾਣਾ ਪਊ ਅਦਰਵਾਇਜ਼ ਦੈਟ ਇਜ਼ ਵਾਈ ਮੈਂ ਕਹਿ ਰਿਹਾ ਪਹਿਲੇ ਸਟੇਜ ਦੇ ਵਿੱਚ ਤੁਸੀਂ ਪਹੁੰਚੋ ਐਂਡ ਫਿਰ ਤੁਹਾਨੂੰ ਜਾਣ ਦੀ ਲੋੜ ਨਹੀਂ ਯੂ ਸਿਟ ਐਟ ਹੋਮ ਏਸਿਮਟੋਮੈਟਿਕ ਹੋਵੇ ਜਾਂ ਸਿਮਟੋਮੈਟਿਕ ਵੀ ਹੋਣ ਯੂ ਕੈਨ ਸਿਟ ਐਟ ਹੋਮ ਐਂਡ ਗੈਟ ਯੋਰ ਟ੍ਰੀਟਮੈਂਟ ਡਨ ਉਹ ਅਸੀਂ ਵੀ ਵਿਲ ਅਰੇਂਜ ਦੈਟ ਐਟ ਆਲ ਵੀ ਆਰ ਪ੍ਰਿਪੇਅਰਿੰਗ 50,000 ਕਿੱਟਸ ਫੋਰ ਦ ਪੰਜਾਬ ਪੁਲਿਸ ਉਹਨਾਂ ਦੇ ਤਕਰੀਬਨ 1600 ਪੁਲਿਸ ਆਫਿਸਰਸ ਆਰ ਡਾਊਨ ਵਿਦ ਦਿਸ ਕੋਵਿਡ ਐਂਡ ਹਰ ਆਫਿਸਰ ਨੂੰ ਇੱਕ ਦੇ ਗਿਵ ਦਮ ਅ ਕਿੱਟ ਵੈਨ ਦ ਮੋਮੈਂਟ ਹੀ ਇਜ਼ ਗਿਵਨ ਹੀ ਗੈਟਸ ਕੋਵਿਡ ਵਿਚ ਹੈਜ਼ ਪਲਸ ਆਕਸੀਮੀਟਰ ਡਿਜੀਟਲ ਥਰਮਾਮੀਟਰ ਸਟੀਮਰ ਹੈਂਡ ਸੈਨੀਟਾਈਜ਼ਰਸ 500 ਮਿਲੀਲੀਟਰਸ ਗਿਲੋਏ ਟੈਬਲੇਟਸ ਐਂਡ ਵਿਟਾਮਿਨ ਸੀ ਲੈਮਸੀ ਟੈਬਲੇਟਸ ਵਿਟਾਮਿਨ D3 ਟੈਬਲੇਟਸ ਵਿਟਾਮਿਨ ਜ਼ਿੰਕ ਸਮਥਿੰਗ 50 mg ਔਰ ਸਮਥਿੰਗ ਟੋਪੈਡ 17 mg ਇਮਿਊਨਿਟੀ ਪਲੱਸ ਲਿਕੁਇਡ ਡੋਲੋ 650 mg ਮਲਟੀ ਵਿਟਾਮਿਨ ਸੁਪਰੀਡਿਨ ਟੈਬਲੇਟਸ ਕੋਫ ਸਿਰਪ ਐਲੈਕਸ ਬੈਟਾਡੀਨ ਗਾਗਲਸ ਔਰ ਸੋਲਟ ਗਾਗਲਸ ਸਿਟਰਜ਼ੀਨ ਟੈਬਲੇਟ ਓਕਾਸੈਟ ਫੇਸ ਮਾਸਕ 3-ply ਬਲੂਨ ਬਿਗ ਸਟਾਰ ਐਂਡ ਫਰੈਸ਼ ਤੁਲਸੀ ਲੀਵਸ ਨਾਉ ਦਿਸ ਇਜ਼ ਅ ਕਿੱਟ ਜਿਹੜਾ ਇਹ ਕਿੱਟ ਬਣਾ ਕੇ ਇਹ ਹਰ ਕੌਂਸਟੇਬਲ ਨੂੰ ਦਿੰਦੇ ਨੇ ਜਾਂ ਆਫਿਸਰ ਨੂੰ ਜੋ ਹੋਸਪਿਟਲ 'ਚ ਹੈ ਐਂਡ ਆਈ ਐਮ ਗੈਟਿੰਗ 50,000 ਕਿੱਟਸ ਮੇਡ ਆਫ ਦੀਸ ਟਾਈਪ ਜਿਹਨੂੰ ਕੋਵਿਡ ਹੁੰਦਾ ਚਾਹੇ ਘਰ 'ਚ ਹੋਏ ਚਾਹੇ ਹੋਸਪਿਟਲ 'ਚ ਹੋਏ ਹੀ ਵਿਲ ਬੀ ਗਿਵਨ ਵਨ ਆਫ ਦੀਸ ਪੈਕਟਸ ਹੂ ਵਿਲ ਆਪਣੇ ਦਵਾਈ ਵਾਸਤੇ ਤਾਂ ਕਿ ਹੀ ਕੈਨ ਸਟਾਰਟ ਟੇਕਿੰਗ ਦਿਸ ਮੈਡੀਸਨ ਟੋਟਲ ਦੈਟਸ ਵਨ ਦੂਸਰੀ ਜਿੱਥੇ ਤਾਂ ਹੀ ਕੋਈ ਸਪੈਸ਼ਲ ਕਿਸੇ ਨੂੰ ਡਾਇਟਰੀ ਦੀ ਲੋੜ ਹੈ ਸੰਬੜੀ ਇਜ਼ ਗੋਟ ਡਾਇਬਟੀਜ਼ ਸੰਬੜੀ ਇਜ਼ ਗੋਟ ਸਮ ਅਦਰ ਪ੍ਰੋਬਲਮਸ ਉਹ ਗਵਰਮੈਂਟ ਹੋਸਪਿਟਲ ਵਿਲ ਅਲਾਓ ਹੋਮ ਫੂਡ
ਜਿਨ੍ਹਾਂ ਨੇ ਘਰ ਤੋਂ ਮੰਗਵਾਉਣਾ ਇਹਨਾਂ ਸ਼ੌਕ ਨਾਲ ਬਣਾਉਣ. ਸੋ ਵੀ ਆਰ ਇਨ ਆਲ ਪਲੇਸਿਸ ਆਰ ਹੋਸਪਿਟਲ ਸਾਡੇ ਇਨਸ਼ੋਰ ਕਰ ਰਹੇ ਨੇ ਕਿ ਟੋਪ ਕਲਾਸ ਡਾਇਟਰੀ ਅਕੋਰਡਿੰਗ ਟੂ ਦ ਮੈਡੀਕਲ ਸਪੈਸੀਫਿਕੇਸ਼ਨ ਡਾਇਟਸ ਆਰ ਬੀਂਗ ਫਾਰਮੂਲੇਟਿਡ ਐਂਡ ਇਹ. ਬਟ ਜਿਹਨੇ ਘਰੋਂ ਮੰਗਵਾਉਣਾ ਸ਼ੌਕ ਨਾਲ ਘਰ ਮੰਗਵਾ ਲਓ, ਨੋ ਰਿਸਟ੍ਰਿਕਸ਼ਨ ਫੋਰ ਦੈਟ. ਦੈਰ ਇਜ਼ ਅਨਦਰ ਟੂ ਸੀਰੀਅਸ ਪੇਸ਼ੈਂਟਸ ਸਮ ਜਿਹੜੇ ਹੋਸਪਿਟਲ ਆਈਸੋਲੇਸ਼ਨ ਦੇ ਵਿੱਚ ਨੇ, ਕਦੇ ਕਦੇ ਉਹਨਾਂ ਨੂੰ ਮੈਂਟਲ ਸਟ੍ਰੈਸ ਹੋ ਜਾਂਦੀ ਹੈ ਕਿ ਅਸੀਂ ਘਰ 'ਚ ਹੋਸਪਿਟਲ 'ਚ ਹੈ, ਇਕੱਲੇ ਹੈ, ਘਰ ਦੇ ਕੋਈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ. ਵੀ ਆਰ ਇੰਸਟਾਲਿੰਗ ਇਕੁਇਪਮੈਂਟ ਤਾਂ ਕਿ ਉਹ ਆਪਣੇ ਵੀਡੀਓ ਕਾਲ ਆਪਣੇ ਦੇ ਕੈਨ ਮੇਕ ਵਿਦ ਦੇ ਹੋਮਸ ਐਂਡ ਟੋਕ ਟੂ ਦਮ, ਉਹਨਾਂ ਨਾਲ ਗੱਲਬਾਤ ਹੋ ਸਕਦੀ ਹੈ. ਇਟਸ ਕਾਲਡ ਇਕੁਇਪਮੈਂਟ ਟੂ ਅਲਾਉ ਦਮ ਟੂ ਮੇਕ ਵੀਡੀਓ ਕਾਲ ਬਿਟਵੀਨ ਪੇਸ਼ੈਂਟ ਐਂਡ ਦੇਅਰ ਅਟੈਂਡੈਂਟਸ ਜੋ ਵੀ ਹੈ. ਅੱਛਾ, ਹੁਣ ਅੱਜ ਕਈ ਸਾਡੇ ਮੇਰੇ ਕੋਲੀਗਸ ਆਪਣੇ ਕੋਲੀਗਸ ਅੱਜ ਉਹਨਾਂ ਦੀ ਖਾਸ ਕਰਕੇ ਜੋ ਸ਼ਹਿਰ ਚਲਾਉਂਦੇ ਨੇ, ਬਿਕੋਜ਼ ਯੂ ਨੋ ਟ੍ਰੇਡ ਇਜ਼ ਦੇਅਰ. ਇੰਡਸਟਰੀ ਤਾਂ ਆਪਾਂ ਅਲਾਓ ਕਰਤੀ ਸੀ, ਕਾਮਰਸ 'ਤੇ ਅਸੀਂ ਕੁਛ ਵੀ ਹੈਡ ਪੁੱਟ ਸਮ ਰਿਸਟ੍ਰਿਕਸ਼ਨਸ. ਉਹ ਰਿਸਟ੍ਰਿਕਸ਼ਨਸ ਹੁਣ ਮੈਂ ਈਜ਼ ਕਰਨਾ ਚਾਹੁੰਦਾ, ਬਿਕੋਜ਼ ਅਦਰਵਾਈਜ਼ ਕਮਰਸ਼ੀਅਲ ਐਕਟੀਵਿਟੀ ਸਾਡੀਆਂ ਪ੍ਰੋਬਲਮਸ ਆਪਾਂ ਨੂੰ ਆ ਜਾਣੀਆਂ ਨੇ. ਇੱਕ ਤਾਂ ਸੈਟਰਡੇ ਸੰਡੇ ਬੰਦ ਸੀ, ਅਸੀਂ ਹੁਣ ਸੰਡੇ ਨੂੰ ਬੰਦ ਰੱਖਾਂਗੇ. ਸੈਟਰਡੇ ਇਟ ਵਿਲ ਬੀ ਓਪਨ, ਮਾਰਕੀਟਸ ਖੁੱਲ੍ਹੀਆਂ ਰਹਿਣਗੀਆਂ, ਆਪਣੀ ਤੁਸੀਂ ਦੁਕਾਨਾਂ ਦੁਕਾਨਾਂ ਤੁਸੀਂ ਜੋ ਕਰਨਾ ਹੈ ਤੁਸੀਂ ਕਰੋ. ਦੂਸਰਾ, ਵੀਕਡੇਜ਼ 'ਤੇ ਅਸੀਂ ਇਹਨੂੰ 6:30 ਤਾਈਂ ਅਸੀਂ ਕੀਤਾ ਸੀ, ਨਾ ਵੀ ਆਰ ਗੋਇੰਗ ਟੂ ਓਪਨ ਇਟ ਟਿਲ 9:00. ਇਹ ਅੱਜ ਸਾਰੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ ਤੋਂ ਵੀ ਰਿਕੁਐਸਟ ਆਈਆਂ ਨੇ. ਪੀਪਲ ਆਰ ਨੋਟ ਹੈਪੀ ਵਿਦ ਦਿਸ ਐਂਡ ਵੀ ਆਰ ਆਲਸੋ ਗੋਇੰਗ ਟੂ ਅਲਾਓ ਹੋਮ ਡਿਲੀਵਰੀ ਇਨ ਅਰਬਨ ਏਰੀਆਜ਼ ਆਫਟਰ 9:00. ਕਿਸੇ ਨੇ ਆਪਣੇ ਘਰੇ ਕੁਛ ਬਣਾਉਣਾ ਹੋਵੇ ਉਹ ਮੰਗਵਾ ਸਕਦੇ ਨੇ, ਦੇ ਕੈਨ ਬੀ ਹੋਮ ਡਿਲੀਵਰਡ ਫੂਡ ਦੇਰ. ਵਨ ਆਫ ਦ ਰੀਜ਼ਨਸ ਜਿਹਦੇ ਨਾਲ ਆਪਾਂ ਨੂੰ ਕੰਟਰੋਲ ਨਹੀਂ ਹੋ ਰਿਹਾ ਦ ਵੇ ਆਈ ਵਾਂਟਡ ਟੂ ਬੀ ਕੰਟਰੋਲਡ ਇਹ ਕਰੋਨਾ ਦਾ ਜਿਹੜਾ ਸਪਰੈਡ ਹੈ, ਕਿਉਂਕਿ ਜਿਹੜੇ ਗਰੀਬ ਬਸਤੀਆਂ 'ਚ ਸਾਡੇ ਲੋਕ ਵਸਦੇ ਨੇ, ਬਹੁਤ ਹੀ ਗਰੀਬ ਨੇ, ਜੋ ਦਿਨ 'ਚ ਦਿਹਾੜੀ ਕਰਦੇ ਹਨ ਔਰ ਰਾਤ ਨੂੰ ਆਪਣੇ ਟੱਬਰ ਨੂੰ ਖਵਾਉਂਦੇ ਨੇ, ਉਹ ਬੰਦੇ ਅਗਰ ਸਮਝਦੇ ਨੇ ਕਿ ਅਸੀਂ ਟੈਸਟ ਕਰਾ ਲਿਆ ਔਰ ਟੈਸਟ ਪੋਜ਼ੀਟਿਵ ਹੋ ਗਿਆ ਤਾਂ ਸਾਨੂੰ ਅਤੇ ਸਾਰੇ ਸਾਡੇ ਪਰਿਵਾਰ ਨੂੰ ਇਹਨਾਂ ਨੇ ਹੋਮ ਕੁਆਰੰਟੀਨ ਕਰ ਦੇਣਾ, ਤਾਂ ਅਸੀਂ ਰੋਟੀ ਕਿਤੋਂ ਖਵਾਵਾਂਗੇ. ਤੋ ਆਈ ਐਮ ਵਾਂਟਿੰਗ ਦੀ ਪਾਰਟੀ ਟੂ ਟੇਕ ਅ ਲੀਡ ਇਨ ਦਿਸ. ਗਵਰਨਮੈਂਟ ਵਿਲ ਅਸਿਸਟ ਇਨ ਐਵਰੀ ਵੇ ਕਿ ਐਂਡ ਵੀ ਆਰ ਮੇਕਿੰਗ ਦ ਡੀਸੀਜ਼ ਇਨ ਚਾਰਜ ਔਰ ਦਿਸ. ਉਹਦੇ ਵਿੱਚ ਕਿ ਫੂਡ ਪੈਕਟ ਬਣਾਉਣ ਉਹ ਗਰੀਬ ਪਰਿਵਾਰਾਂ ਵਾਸਤੇ, ਵਿਚ ਕੈਨ ਗਿਵ ਦਮ ਫੂਡ ਅਪ ਟੂ 10 ਡੇਜ਼, ਆਪਣੇ ਪਰਿਵਾਰਾਂ ਨੂੰ ਔਰ ਉਹਨਾਂ ਨੂੰ ਰੋਟੀ ਆਪਣੀ ਖਵਾ ਸਕਣ, ਤਾਂ ਕਿ ਅਗਰ ਉਹ ਪੋਜ਼ੀਟਿਵ ਨਿਕਲਿਆ ਵੀ ਦੈਨ ਇਹ ਨੀਡਨ ਵਰੀ ਕਿ ਮੇਰੀ ਰੋਟੀ ਕਿੱਥੋਂ ਆਊਗੀ, ਕਿਉਂਕਿ ਅਸੀਂ 10 ਦਿਨ ਦਾ ਰਾਸ਼ਨ ਉਹਨਾਂ ਨੂੰ ਦੇ ਦਾਂਗੇ ਤਾਂ ਕਿ ਆਪਣੇ ਉਹ ਕੰਮ ਚਲਾ ਲੈਣ. 10 ਦਿਨ ਤੋਂ ਬਾਅਦ, 7 ਕੁ ਦਿਨਾਂ ਬਾਅਦ ਤਾਂ ਨੋਰਮਲ ਹੋ ਜਾਂਦਾ ਬੰਦਾ. ਬਟ ਦਿਸ ਇਜ਼ ਵਾਟ ਵੀ ਸ਼ੁਡ ਡੂ ਐਂਡ ਕਾਂਗਰਸ ਪਾਰਟੀ ਮਸਟ ਟੇਕ ਅ ਲੀਡ ਇਨ ਦਿਸ. ਵੀ ਆਰ ਇਨਫੋਰਮਿੰਗ ਦ ਡੀਸੀਜ਼ ਐਂਡ ਆਈ ਐਮ ਰਿਕੁਐਸਟਿੰਗ, ਆਈ ਐਮ ਗੋਇੰਗ ਟੂ ਰਿਕੁਐਸਟ ਦ ਪੀਸੀਸੀ ਪ੍ਰੈਜ਼ੀਡੈਂਟ ਅਗਰ ਇਹ ਆਪਣੀ ਪਾਰਟੀ ਨੂੰ ਐਕਟੀਵੇਟ ਆਪਾਂ ਕਰ ਸਕਦੇ ਹਾਂ ਇਸ ਇਸ਼ੂ 'ਤੇ. ਦੂਸਰਾ, ਸਾਡੇ ਵੀ ਹੈਵ ਕੰਸਟਰਕਸ਼ਨ ਵਰਕਰਸ ਦਾ ਫੰਡ ਹੈ ਆਪਣੇ ਕੋਲ. ਦਿਸ ਵੀ ਹੈਵ ਗੋਟ ਮਨੀ ਇਨ ਦੈਟ. ਸੋ ਕੈਸ਼ ਕੰਪਨਸੇਸ਼ਨ ਵੀਲ ਗਿਵ ਟੂ ਐਨੀ ਵਨ ਹੂ ਟੈਸਟ ਪੋਜ਼ੀਟਿਵ ਫੋਰ ਹਿਸ ਆਪਣੇ ਔਰ ਪਰਿਵਾਰ ਵਾਸਤੇ ਹੂ ਹੈਜ਼ ਟੂ ਬੀ ਕੁਆਰੰਟੀਨ. 1500 ਰੁਪੀਸ ਵੀ ਵਿਲ ਗਿਵ ਸਟੇਟ ਅਵੇ ਤਾਂ ਕਿ ਹੀ ਕੈਨ ਕੈਰੀ ਔਨ ਵਿਦ ਹਿਸ ਪ੍ਰੋਸੈਸ. ਸੈਟਰਡੇ ਸੰਡੇ 'ਚੋਂ ਸਿਰਫ ਇੱਕ ਦਿਨ ਬੰਦ ਰੱਖੋ ਤਾਂ ਆਪਾਂ ਸੰਡੇ ਬੰਦ ਰੱਖਾਂਗੇ. ਸੈਕਿੰਡ ਰਿਕੁਐਸਟ ਵਾਸ ਕਿ ਟਾਈਮਿੰਗਸ ਚੇਂਜ ਕਰੋ, ਔਰ ਅਸੀਂ ਟਾਈਮਿੰਗ ਨੂੰ 9 ਵਜੇ ਕਰ ਦਿੱਤੀ ਹੈ. ਥਰਡ ਵਾਸ ਦੈਟ ਫੂਡ ਸ਼ੁੱਡ ਬੀ ਅਲਾਊਡ ਹੋਮ ਡਿਲੀਵਰੀ ਆਫਟਰ 9:00. ਵੀ ਆਰ ਗੋਇੰਗ ਟੂ ਅਲਾਊ ਹੋਮ ਡਿਲੀਵਰੀ ਐਂਡ ਦੈਟ ਐਂਡ ਦੈਨ ਪੋਰ ਪੇਸ਼ੈਂਟਸ ਦਾ ਮੇਰੀ ਰਿਕੁਐਸਟ ਸੀ, ਬਿਕੋਜ਼ ਆਈ ਥਿੰਕ ਦੈਟ ਵੇ ਜਦੋਂ ਬੰਦਿਆਂ ਨੂੰ ਰਾਸ਼ਨ ਮਿਲ ਜਾਣਗੇ ਫਿਰ ਉਹ ਹੀ ਡਜ਼ਨਟ ਮਾਈਂਡ ਹੈਵਿੰਗ ਟੈਸਟ ਆਨ. ਫਿਰ ਅਗਰ ਪੋਜ਼ਿਟਿਵ ਵੀ ਆਏ ਉਹਨੂੰ ਪਤਾ ਕਿ 10 ਦਿਨ ਵਾਸਤੇ ਮੈਨੂੰ ਘਰ 'ਚ ਰੋਟੀ ਮਿਲ ਜਾਣੀ ਹੈ.